ਸਤਿ ਸ਼੍ਰੀ ਅਕਾਲ ਦੋਸਤੋ ਸਾਡਾ ਟੀਵੀ ਯੂਐਸਏ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਤੇ ਅਸੀਂ ਹਾਜ਼ਰ ਹੋਏ ਹਾਂ ਤੁਹਾਡੇ ਲਈ ਲੈ ਕੇ ਦਿਨ ਭਰ ਦੀਆਂ ਵੱਡੀਆਂ ਖਬਰਾਂ ਦਾ ਵਿਸ਼ੇਸ਼ ਬੁਲਟਨ ਬਾਜ਼ਾਰੀਆਂ ਤੇਲ ਦੀਆਂ ਕੀਮਤਾਂ ਵੱਲੋਂ ਟਰੱਕ ਆਪਰੇਟਰਾਂ ਨੇ ਕੇਂਦਰ ਸਰਕਾਰ ਖਿਲਾਫ ਕੀਤੀ ਨਾਹਰੇਬਾਜੀ ਪਿਛਲੇ ਕੁਝ ਦਿਨਾਂ ਦੌਰਾਨ ਅਸਮਾਨ ਨੂੰ ਛੂ ਗਈਆਂ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਖਿਲਾਫ ਅੱਜ ਇੱਥੇ ਇਕੱਠੇ ਹੋਏ ਟਰੱਕ ਆਪਰੇਟਰਾਂ ਨੇ ਕੇਂਦਰ ਸਰਕਾਰ ਦੇ ਵਿਰੁੱਧ ਜ਼ੋਰਦਾਰ ਨਾਹਰੇਬਾਜੀ ਕੀਤੀ ਟਰੱਕ ਆਪਰੇਟਰ ਐਸੋਸੀਏਸ਼ਨ ਬਟਲਾੜਾ ਦੇ ਪ੍ਰਧਾਨ ਮੋਹਨ ਸਿੰਘ ਰੱਲੀ ਨੇ ਸਮੋਦਨ ਕਰਦਿਆਂ ਕਿਹਾ ਕਿ ਫਾਈਨਾਂਸ ਅਤੇ ਹੋਰਨਾਂ ਬੈਂਕਾਂ ਤੋਂ ਕਰਜ਼ੇ ਲੈ ਕੇ ਟਰੱਕਾਂ ਹੀ ਆਪਣੇ ਪਰਿਵਾਰ ਪਾਲਦੇ ਆਪਰੇਟਰਾਂ ਦਾ ਕਾਰੋਬਾਰ ਦਿਨੋਂ ਦਿਨ ਵਧ ਰਹੀਆਂ ਤੇਲ ਕੀਮਤਾਂ ਕਾਰਨ ਬੁਰੀ ਤਰ੍ਹਾਂ ਠੱਪ ਹੋਣ ਕਾਰਨ ਅਨੇਕਾਂ ਆਪਰੇਟਰ ਆਪਣੀਆਂ ਗੱਡੀਆਂ ਦੀਆਂ ਕਿਸ਼ਤਾਂ ਤੱਕ ਮੋੜਨ ਤੋਂ ਵੀ ਅਸਮਰਥ ਹਨ। ਨੈਸ਼ਨਲ ਕੈਮੀਕਲ ਲੈਬਾਰਟਰੀ ਦੇ ਨੌਜਵਾਨ ਵਿਗਿਆਨੀ ਦਾ ਬਹਿਰਾਮੀ ਨਾਲ ਕਤਲ। ਮਹਾਰਾਸ਼ਟਰ ਵਿੱਚ ਪੁਨੇ ਦੇ ਪਹਾੜਾਂ ਵਿੱਚ ਨੈਸ਼ਨਲ ਕੈਮੀਕਲ ਲੈਬਾਰਟਰੀ ਵਿੱਚ ਪੀ ਐਚ ਡੀ ਕਰ ਰਹੇ ਨੌਜਵਾਨ ਵਿਗਿਆਨੀ ਦੀ ਪੁਨੇ ਦੇ ਸਸਪਿੰਡ ਦੇ ਪਹਾੜੀ ਇਲਾਕੇ ਵਿੱਚ ਗਲਾ ਵਟ ਕੇ ਹੱਤਿਆ ਕਰ ਦਿੱਤੀ ਗਈ। ਝਾਲਣਾ ਦਾ ਰਹਿਣ ਵਾਲਾ 30 ਸਾਲਾ シュਦਰਸ਼ਨ ਉਫ ਬਾਲਿਆ ਬਾਬੂਰਾਵ ਪੰਡਤ ਹੱਤਿਆ ਕੀਤੇ ਜਾਣ ਦੀ ਜਾਣਕਾਰੀ ਸਵੇਰ ਦੀ ਸੈਰ ਕਰਨ ਵਾਲੇ ਨਾਗਰਿਕਾਂ ਨੇ ਪੁਲਿਸ ਨੂੰ ਦਿੱਤੀ। ਨੌਦੀਪ ਨਾਲ ਗ੍ਰਿਫਤਾਰ ਕੀਤੇ ਗਏ 6 ਨੂੰ ਵੀ ਤੁਰੰਤ ਰਿਹਾ ਕਰੇ ਖੱਟੜ ਸਰਕਾਰ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਕਿਰਤੀਆਂ ਦੇ ਹੱਕਾਂ ਦੀ ਲੜਾਈ ਲੜਨ ਵਾਲੀ ਨੌਦੀਪ ਕੌਰ ਦੀ ਰਿਹਾਈ ਨੂੰ ਹੱਕ ਸੱਚ ਲਈ ਆਵਾਜ਼ ਬੁਲੰਦ ਕਰਨ ਵਾਲੇ ਲੋਕਾਂ ਦੀ ਅੰਸ਼ਕ ਜਿੱਤ ਦੱਸਿਆ ਹੈ ਪੰਜਾਬੀ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੀ ਉਪਾਗੂ ਸਰਵਜੀਤ ਕੌਰ ਮਾਨੁਕੇ ਨੇ ਸ਼ਨੀਵਾਰ ਨੂੰ ਆਪਣੇ ਬਿਆਨ ਵਿੱਚ ਕਿਹਾ ਕਿ ਨਾਦੀਪ ਕੌਰ ਦੀ ਜਮਾਨਤ ਤੋਂ ਸਾਬਤ ਹੋਇਆ ਹੈ ਕਿ ਦਮਨਕਾਰੀ ਚਾਹੇ ਕਿੰਨਾ ਵੀ ਦਮਨ ਕਰ ਲਵੇ ਅੰਤ ਵਿੱਚ ਜਿੱਤ ਸੱਚ ਦੀ ਹੀ ਹੁੰਦੀ ਹੈ ਸਾਨੂੰ ਦੇਸ਼ ਦੀ ਨਿਆਂਇਕ ਵਿਵਸਥਾ ਤੇ ਮਾਣ ਹੈ ਮੋਦੀ ਸਰਕਾਰ ਲਗਾਤਾਰ ਦੇਸ਼ ਦੀ ਲੋਕਤੰਤਰੀਕ ਵਿਵਸਥਾ ਤੇ ਸੱਟ ਮਾਰ ਰਹੀ ਹੈ ਪਰ ਆਯਾਦ ਅਦਾਲਤਕਾਰ ਨੇ ਅੱਜ ਦੇਸ਼ ਦਾ ਲੋਕਤੰਤਰ ਸੁਰੱਖਿਅਤ ਹੈ ਮਾਨੁਕੇ ਨੇ ਹਰਿਆਣਾ ਪੁਲਸ ਤੇ ਇਲਜ਼ਾਮ ਲਗਾਇਆ ਕਿ ਪੁਲਸ ਵੱਲੋਂ ਨਾਦੀਪ ਕੌਰ ਦੇ ਸਾਥੀ ਸ਼ਿਵ ਕੁਮਾਰ ਤੇ ਜੇਲ੍ਹ ਵਿੱਚ ਉਸ ਨੂੰ ਬਹੁਤ ਤਾਰਚਰ ਕੀਤਾ ਗਿਆ ਖੰਨਾ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਅਕਬਾਲ ਸਿੰਘ ਚੰਨੀ ਨੇ ਨਗਰ ਸੁਧਾਰ ਟਰੱਸਟ ਦੇ ਮੌਜੂਦਾ ਚੇਅਰਮੈਨ ਅਤੇ ਕਾਂਗਰਸੀ ਮਿਊਨਿਸਪਲ ਕਾਉਂਸਲਰ ਗੁਰਮਿੰਦਰ ਸਿੰਘ ਲਾਲੀ ਤੇ ਅਧਿਕਾਰੀਆਂ ਨਾਲ ਮਿਲ ਕੇ ਖੰਨਾ ਕੌਂਸਲ ਨਾਲ 9,74,000 ਰੁਪਏ ਦੀ ਠੱਗੀ ਲਾਉਣ ਅਤੇ ਰਿਕਾਰਡ 'ਚ ਸ਼ੀਰਾ ਫੇਰੀ ਕਰਨ ਦੇ ਦੋਸ਼ ਲਗਾਏ ਹਨ ਜਦਕਿ ਕਾਉਂਸਲਰ ਲਾਲੀ ਨੇ ਇਹਨਾਂ ਦੋਸ਼ਾਂ ਨੂੰ ਗਲਤ ਕਰਾਰ ਦਿੱਤਾ ਹੈ ਚੰਨੀ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਲਾਲੀ ਖਿਲਾਫ ਐਫ ਆਈ ਆਰ ਦਰਜ ਕਰਨ ਅਤੇ ਗ੍ਰਿਫਤਾਰ ਕਰਨ ਦੀ ਮੰਗ ਵੀ ਕੀਤੀ ਹੈ ਇਕਬਾਲ ਸਿੰਘ ਚੰਨੀ ਨੇ ਕਿਹਾ ਕਿ ਮਿਊਂਸਪਲ ਕਾਉਂਸਲਰ ਗੁਰਮਿੰਦਰ ਸਿੰਘ ਲਾਲੀ ਨੇ ਮਿਊਂਸਪਲ ਕਾਉਂਸਲ ਨੂੰ ਲਿਖਤੀ ਬੇਨਤੀ ਕੀਤੀ ਕਿ ਵਾਰਡ ਨੰਬਰ 3 ਚ ਮੇਨ ਰੋਡ ਤੇ ਜੋ ਸੜਕ ਬਣੀ ਉਸ ਦੀ ਹਾਲਤ ਬਹੁਤ ਖਸਤਾ ਹੈ ਇਸ ਸੜਕ ਤੇ ਆਵਾਜਾਈ ਵੀ ਕਾਫੀ ਰਹਿੰਦੀ ਹੈ ਤੇ ਇਸ ਸੜਕ ਨੂੰ ਬਣਾਉਣ ਵਾਸਤੇ ਵਾਰਡ ਮੈਂਬਰ ਅਤੇ ਮਹੱਲਾ ਨਿਵਾਸੀਆਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਜਿਸ ਤੇ ਸੜਕ ਬਣਾਉਣ ਦੇ ਹੁਕਮ ਜਾਰੀ ਕੀਤੇ ਗਏ ਪਰ ਬਾਅਦ ਚ ਪਤਾ ਲੱਗਿਆ ਹੈ ਕਿ ਜੋ ਮੇਨ ਸੜਕ ਬਣਾਈ ਜਾਣੀ ਸੀ ਉਸ ਦੀ ਜਗ੍ਹਾ ਸੜਕ ਗਾਰਡਨ ਕਲੋਨੀ ਕੋਆਪਰੇਟਿਵ ਸੁਸਾਇਟੀ ਦੀ ਮਾਲਕੀ ਵਾਲੀ ਜਗ੍ਹਾ ਵਿੱਚ ਬਣਾਈ ਗਈ ਹੈ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਸਮਾਜਵਾਦੀ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਅਖਲੇਸ਼ ਜਾਦਵ ਸ਼ਰੀਵਾਰ ਨੂੰ ਵਾਰਾਨਸੀ ਚ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਉਹਨਾਂ ਦੇ ਜਨਮ ਸਥਾਨ ਸੀਰ ਗੌਰਵਧਨ ਪਹੁੰਚੇ ਇਸ ਮੌਕੇ ਅਖਲੇਸ਼ ਜਾਦਵ ਨੇ ਕਿਹਾ ਕਿ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਦੀ ਪੂਰੇ ਦੇਸ਼ ਅਤੇ ਪ੍ਰਦੇਸ਼ ਦੇ ਲੋਕਾਂ ਨੂੰ ਵਧਾਈ ਦਿੰਦੇ ਹਨ ਗੁਰੂ ਜੀ ਦਾ ਜੀਵਨ ਤਿਆਗ ਅਤੇ ਬਲਦਾਨ ਦਾ ਜੀਵਨ ਹੈ ਉਹਨਾਂ ਦਾ ਜੀਵਨ ਲੋਕਾਂ ਨੂੰ ਜੋੜਨ ਦਾ ਸੀ ਉਹਨਾਂ ਵੱਲੋਂ ਦਿਖਾਏ ਗਏ ਰਸਤੇ ਤੇ ਚੱਲ